अस्सलाम वालेकुम, की हाल है वाल थोड़ा? शुक्र अल्लाह दा, ठीक है शुक्र। और बाजी तुसी ठीक हो? चलो शुक्र अल्लाह। ते किन्ने बच्चे थोड़े? बच्चा। अच्छा, कोई भी नहीं बच्चा? ते जेड़ा थोड़ा मैं पता लगे एक पाए से एक ते वो भी चल गया भतीजा। भतीजा पालिया सी? हां जी, ते मकान छड़ के मुड़ के चल गया, आया नहीं हैगा। मतलब शादी होदी तुसी? हां जी, की थी शादी? की थी? की थी। अच्छा, फिर बस चला गया, पता नहीं क्यों पिता तो चला गया। अच्छा, ते मुड़ के आया नहीं हैगा। अच्छा, ते हुन सरदा ने मजबूर है बेचारा। अच्छा अच्छा, ਤੇ ਹੁਣ ਕੰਮ ਇੱਕ ਤੋਂ ਹੁੰਦਾ ਨੀਗਾ ਕੁਛ ਵੀ। ਅੱਛਾ, ਤੇ ਬਥੇਰਾ ਉਹਨੂੰ ਕਹਿੰਦਾ ਉਹ ਆਉਂਦਾ ਨੀਗਾ ਹੁਣ, ਤੇ ਫਿਰ ਕੀ ਕਰਨਾ, ਮਜਬੂਰੀ ਹੈ ਵਿੱਚ। ਇਹ ਕੀ ਗੱਲ ਆ ਤੁਹਾਨੂੰ, ਮਤਲਬ ਫਾਲਜ ਹੋਇਆ? ਫਾਲਜ ਹੋਇਆ। ਫਾਲਜ ਹੋਇਆ? ਅੱਲਾਹ ਤੁਹਾਨੂੰ ਸਿਹਤ ਦੇਵੇ ਤੇ ਆਫੀਅਤ ਤੇ ਤੰਦਰੁਸਤੀ ਦੇ। ਤੇ ਗੁਜ਼ਾਰਾ ਕਿਸ ਤਰ੍ਹਾਂ? ਹਾਂ, ਕੰਮ ਮੈਂ ਕਰਦੀ ਕਿਸ ਤਰ੍ਹਾਂ? ਅੱਛਾ, ਤੁਸੀਂ ਘਰ ਆਏ ਕੰਮ ਕਰਦੇ? ਇੱਕ ਚੀਜ਼ ਮੈਂ ਕਹਿਣਾ ਚਾਹੂੰਗਾ, ਦੇਖੋ ਜੀ ਇੰਨੇ ਮਸਾਈਲ ਹੈਗੇ ਇਹਨਾਂ ਦੀ ਲਾਈਫ ਵਿੱਚ, ਲੇਕਿਨ ਦੇਖੋ ਮਾਸ਼ਾਅੱਲਾ ਚਿਹਰਾ ਇਹਨਾਂ ਦਾ ਦੇਖੋ, ਠੀਕ ਆ। ਅੱਲਾਹ ਤੇ ਹਰ ਚੀਜ਼ ਛੱਡੀ ਹੋਈ ਉਹਨਾਂ ਨੇ, ਠੀਕ ਆ ਨਾ। ਦੇਖੋ ਇੰਨੇ ਮਸਾਈਲ ਤੋਂ ਬਾਅਦ, ਅਤੇ ਇਹ ਸਟੋਰੀ ਤੁਸੀਂ ਦੱਸੀ ਆ ਕਿ ਇੱਕ ਬੱਚਾ ਤੁਸੀਂ, ਕੌਣ ਸੀ ਤੁਹਾਡਾ ਭਤੀਜਾ ਪਾਲਿਆ ਤੁਸੀਂ? ਤੁਹਾਡਾ ਸੀ, ਸ਼ਾਦੀ ਹੋਈ, ਬਾਅਦ 'ਚ ਉਹ ਇੱਥੇ ਨਹੀਂ ਰਹਿੰਦਾ ਪਿਆ ਨਾਲ, ਠੀਕ ਆ। ਅਤੇ ਤੁਹਾਨੂੰ ਸਟ੍ਰੋਕ ਫਾਲਜ ਜਿਹੜਾ ਹੈਗਾ, ਫਾਲਜ ਹੈ ਕਿ ਕਿੱਥੇ ਕਿੱਥੇ ਹੈਗਾ ਤੁਹਾਡਾ? ਇੱਧਰਲੀ ਸਾਈਡ ਤਾਂ ਸਾਰੀ ਹਿੱਲ ਨਹੀਂ ਹੁੰਦਾ, ਇੱਧਰੋਂ ਚੱਲ ਹੁੰਦਾ। ਅਤੇ ਕੰਮ ਕੀ ਦੱਸਿਆ ਤੁਸੀਂ ਕਰਦੇ? ਰੇਹੜੀ? ਅਤੇ ਅੱਛਾ, ਅਤੇ ਹੁਣ ਅੱਜ ਕੱਲ੍ਹ ਵੀ ਉਹੀ ਉਹਨਾਂ ਘਰ ਚੱਲ ਜਾਂਦਾ ਜਾਂ ਨਹੀਂ ਚੱਲਦਾ? ਨਹੀਂ ਚੱਲਦਾ। ਅਤੇ ਉਹ ਵਿੱਚ ਤੁਸੀਂ ਕਿੱਥੇ ਘਰਾਂ ਦੇ ਜਾ ਕੇ ਕੰਮ ਕਰਦੇ ਤੁਸੀਂ? ਇਹਦਾ ਮੈਡੀਕਲ ਦਾ ਇਲਾਜ ਦੱਸਿਆ ਕੋਈ ਉਹਨਾਂ ਨੇ ਜਾਂ ਕੁਛ ਡਾਕਟਰ ਨੇ ਕੁਝ ਦੱਸਿਆ? ਕੀ ਕਹਿੰਦੇ ਉਹ, ਕੋਈ ਪੱਕਾ ਇਲਾਜ ਨਹੀਂ ਦੱਸਿਆ? ਦਵਾਈ ਖਾਈ ਜਾਂਦੇ ਆ ਨਾ। ਅੱਛਾ, ਤੇ ਦਵਾਈ ਕਿਉਂ ਛੱਡਦੇ ਤੁਸੀਂ? ਮਹਿੰਗੀ ਬਹੁਤ, ਉਹ ਨਹੀਂ ਦਿੰਦੇ ਦਵਾਈ? ਕੀ ਨਾਮ ਹੈਗਾ ਦਵਾਈ ਦਾ, ਪਤਾ ਕੁਛ? ਨਹੀਂ, ਨਾਮ ਵੀ ਨਹੀਂ ਪਤਾ। ਉਹਨਾਂ ਬਿਹਤਰੀ ਹੋ ਜਾਂਦੀ ਲੇਕਿਨ? ਕਿੰਨੇ ਦੀ ਆਉਂਦੀ ਦਵਾਈ ਉਹ? 5000। ਅੱਛਾ, ਇੰਨੀ ਮਹਿੰਗੀ ਦਵਾਈ? ਤੇ ਉਹ ਤਾਂ ਫਿਰ ਤੁਸੀਂ ਖਾਂਦੇ ਨਹੀਂ ਉਹ? ਹਾਂਜੀ, ਇਹ ਆਪਕਾ ਜੋ ਇਹ ਮਕਾਨ ਬਣਾ ਹੁਆ ਹੈ ਸਾਰਾ, ਇਹ ਆਪਕਾ ਵਹੀ ਭਤੀਜਾ ਜੋ ਥਾ ਵੋ ਉਸਨੇ ਭਤੀਜਾ ਬਣਾ ਕੇ ਦਿਆ? ਉਸਨੇ ਬਣਾ ਕੇ ਦਿਆ। ਆਪ ਵੋ ਪੈਸੇ ਮੰਗ ਰਹੇ ਇਸ ਚੀਜ਼ ਕੇ? ਤੋ ਉਹ ਤਾਂ ਵੇਚ ਇਹਨੂੰ। ਅੱਛਾ, ਮੈਂ ਨਹੀਂ ਇੱਥੇ ਰਹਿਣਾ। ਹਾਂ ਹਾਂ, ਇਹ ਦੇਖੇ ਕਿ ਵੋ ਕਹਿ ਰਹਾ ਹੈ ਇਸ ਮਕਾਨ ਕੋ ਵੇਚ ਦੋ, ਮੈਂ ਆਪਕੋ ਕੁਛ ਨਹੀਂ ਸਮਝਤਾ, ਮੇਰੇ ਇਸ ਮਕਾਨ ਕੇ ਉਪਰ ਜੇ ਪੈਸੇ ਲਗੇ ਹੋਏ ਹੈ ਵੋ ਮੁਝੇ ਪੈਸੇ ਦੋ, ਠੀਕ ਹੈ। ਇਹ ਇਸ ਤਰ੍ਹਾਂ ਕੀ ਸਿਚੁਏਸ਼ਨ ਹੈ, ਤੋ ਲਿਹਾਜ਼ਾ ਵੋ ਅੱਲਾ ਇਨਕੇ ਹਾਲ ਪੇ ਰਹਿਮ ਫਰਮਾਏ, ਅੱਲਾ ਸਾਨੀਏ ਫਰਮਾਏ ਜੀ। ਅਗਰ ਤੁਸੀਂ ਇੱਥੇ ਘਰ ਦੇ ਵਿੱਚ ਹੀ ਤੁਸੀਂ ਬਾਹਰ ਤੇ ਵਰਕ ਨਹੀਂ ਕਰ ਸਕਦੇ, ਠੀਕ ਹੈ, ਅਗਰ ਤੁਸੀਂ ਇੱਥੋਂ ਇੱਥੇ ਤੁਹਾਡੇ ਬਾਹਰ ਵਿੱਚ ਹੀ ਮਕਾਨ ਦੇ ਵਿੱਚ ਕੋਈ ਦੁਕਾਨ ਕਰਿਆਨੇ ਦੀ ਪਾਤੀ ਜਾਵੇ, ਕੀ ਖਿਆਲ ਤੁਹਾਡਾ? ਠੀਕ ਆ, ਉਹ ਕਰ ਲਓਗੇ ਕੰਮ ਤੁਸੀਂ? ਕੰਮ ਠੀਕ ਹੈ, ਕਰਾਂਗਾ। ਹਾਂ ਠੀਕ ਹੈ, ਠੀਕ ਹੈ। ਤੁਹਾਨੂੰ ਇਨਸ਼ਾਅੱਲਾ ਸਾਡਾ ਨੁਮਾਇੰਦਾ ਜਿਹੜਾ ਨਾ ਉਹ ਸਮਾਨ ਤੁਹਾਨੂੰ ਲਿਆ ਦਿਆ ਕਰੇਗਾ ਦੁਕਾਨ ਦਾ। ਹਾਂਜੀ, ਤੁਸੀਂ ਇੱਥੇ ਸੇਲ ਕਰਿਆ ਕਰੇ, ਠੀਕ ਹੈ? ਠੀਕ, ਸਹੀ ਹੈ, ਠੀਕ। ਇਨਸ਼ਾਅੱਲਾ ਇਹ ਉਮੀਦ ਹੈ ਕਿ ਇਹ ਆਪਣੇ ਘਰ ਕਾ ਖਰਚਾ ਇਹ ਦੁਕਾਨ ਸੇ ਚਲਾ ਲੇਂਗੇ, ਇਨਸ਼ਾਅੱਲਾ ਕੋਸ਼ਿਸ਼ ਕਰਤੇ ਹੈਂ ਆਪਕੇ ਲੀਏ ਕੁਛ, ਹੈਂ ਠੀਕ ਹੈ, ਠੀਕ, ਇਜਾਜ਼ਤ ਹੈ, ਹੈਂ, ਅੱਲਾ ਖੁਸ਼ ਰੱਖੇ, ਠੀਕ ਹੈ ਜੀ, ਬੜੀ ਮਿਹਰਬਾਨੀ।